ਮਾਂ ਨੇ ਆਪਣੀਆਂ ਹੀ ਦੋ ਧੀਆਂ ਦਾ ਕੀਤਾ ਕਤਲ, ਗਲਾ ਘੋਟ ਕੇ ਉਤਾਰਿਆ ਮੌਤ ਦੇ ਘਾਟ। ਬੈੱਡ ਤੋਂ ਮਿਲੀਆਂ ਦੋਵਾਂ ਭੈਣਾਂ ਦੀਆਂ ਲਾਸ਼ਾਂ। ਦੁਨੀਆਂ 'ਚ ਸਭ ਤੋਂ ਪਿਆਰੇ ਰਿਸ਼ਤੇ ਦੀ ਜੇ ਗੱਲ ਕਰੀਏ ਤਾਂ ਉਹ ਮਾਂ ਅਤੇ ਬੱਚੇ ਦਾ ਹੁੰਦਾ, ਪਰ ਜੇ ਉਹੀ ਮਾਂ ਆਪਣੇ ਬੱਚਿਆਂ ਦਾ ਕਤਲ ਕਰ ਦੇਵੇ, ਇਹ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ, ਕਿਉਂਕਿ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੀਆਂ ਹੀ ਦੋ ਧੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ, ਜਿਸ ਨੂੰ ਸੁਣ ਕੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤਾਂ ਕੋਈ ਮਾਂ ਇੰਨੀ ਬੇਰਹਿਮ ਕਿਵੇਂ ਹੋ ਸਕਦੀ ਹੈ ਕਿ ਆਪਣੀ ਹੀ ਕੁੱਖੋਂ ਜੰਮੀਆਂ ਧੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦੇਵੇ। ਦੱਸ ਦੇ ਕਿ ਇਸ ਦੇ ਵੱਲੋਂ 31 ਜੁਲਾਈ ਨੂੰ ਦੋਵਾਂ ਭੈਣਾਂ ਦਾ ਕਤਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 11 ਸਾਲ ਅਤੇ 7 ਸਾਲ ਸੀ, ਅਤੇ ਦੋਨਾਂ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਹੁੰਦੀਆਂ ਨੇ। ਤਾਂ ਜਿਵੇਂ ਹੀ ਸੂਚਨਾ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਇਸ ਦੇ ਕਾਤਲਾਂ ਨੂੰ ਲੱਭਣ ਦੀ ਭਾਲ ਦੇ ਵਿੱਚ ਹੁੰਦੀ ਹੈ। ਤਾਂ ਫਿਰ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਨਾਂ ਬੱਚਿਆਂ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਇਹਨਾਂ ਬੱਚਿਆਂ ਦੀ ਮਾਂ ਹੈ। ਤਾਂ ਇਸ ਮਾਂ ਦੀ ਅਜਿਹੀ ਕੀ ਮਜਬੂਰੀ ਹੋਵੇਗੀ ਕਿ ਇਸ ਨੂੰ ਆਪਣੀਆਂ ਦੋਨਾਂ ਹੀ ਮਾਸੂਮ ਬੱਚਿਆਂ ਦਾ ਕਤਲ ਕਰਨਾ ਪੈ ਗਿਆ, ਇਹ ਜਾਂਚ ਦਾ ਵਿਸ਼ਾ। ਪਰ ਇਸ ਵੱਲੋਂ ਦੋਨਾਂ ਧੀਆਂ ਦਾ ਗਲਾ ਘੋਟ ਕੇ ਤੜਫਾ ਤੜਫਾ ਕੇ ਜਾਨ ਲਈ ਗਈ ਹੈ। ਦੱਸ ਦਈਏ ਕਿ ਮਾਮਲਾ ਅੰਬਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਤਾਂ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ। ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਆਨੇ ਕੇ ਲਈ। ਤੋ ਪਿਛਲੇ ਹਫਤੇ 31 ਜੁਲਾਈ ਬੁੱਧਵਾਰ ਕੀ ਤਾਰੀਖ ਮੇ ਜੋ ਇੱਕ ਦਿਲ ਦਲਾਨੇ ਵਾਲੀ ਘਟਨਾ ਘਟੀ ਸੀ ਹਮਾਰੇ ਨਾਨ ਹਾਊਸ ਵਾਲਮੀਕਿ ਬਸਤੀ ਮੇ, ਚੌਕੀ ਨੰਬਰ 4 ਕਾ ਏਰੀਆ ਜੋ ਪੜਤਾ ਹੈ, ਜਿਸਮੇ ਦੋ ਬੱਚੀਆਂ ਇੱਕ 7 ਸਾਲ ਕੀ ਔਰ ਇੱਕ 11 ਸਾਲ ਕੀ ਮ੍ਰਿਤ ਅਵਸਥਾ ਮੇ ਆਪਣੇ ਘਰ ਮੇ ਹਮੇ ਮਿਲੀ ਥੀ। ਇਸ ਸੂਚਨਾ ਪਰ ਹਮਨੇ ਕਾਰਵਾਈ ਕਰੀ ਥੀ ਔਰ ਤਫਤੀਸ਼ ਕੇ ਦੌਰਾਨ ਫਾਈਨਲੀ ਕੱਲ ਸੋਮਵਾਰ ਸ਼ਾਮ ਕੋ ਹਮਨੇ ਇੱਕ ਅਰੈਸਟ ਕਰੀ ਹੈ, ਜਿਸਮੇ ਜੋ ਮੁੱਖ ਆਰੋਪੀ ਹੈ ਹਮਾਰੀ ਉਨਕੀ ਮਾਤਾ ਹੈ, ਉਨਕੀ ਮਦਰ ਹੈ ਬੱਚਿਓਂ ਕੀ, ਔਰ ਆਜ ਉਨਕੋ ਕੋਰਟ ਮੇ ਪੇਸ਼ ਕਰਕੇ ਹਮਨੇ 2 ਦਿਨ ਕਾ ਰਿਮਾਂਡ ਲਿਆ ਹੈ। ਜੀ ਅਭੀ ਕਿਆ ਮੋਟਿਵ ਥਾ, ਕਿਆ ਕਾਰਨ ਥਾ, ਪ੍ਰੀ ਪਲਾਨ ਥਾ, ਏਕਦਮ ਸੇ ਹੱਤਿਆ ਕੀ ਗਈ, ਇਸਕੀ ਅਭੀ ਰਿਮਾਂਡ ਮੇ ਹਮ ਕਲੈਰਿਟੀ ਲੇਂਗੇ ਮਦਰ ਕੀ ਇੰਟਰੋਗੇਸ਼ਨ ਕਰਕੇ। ਜੀ ਅਭੀ ਜੋ ਪ੍ਰਾਇਮਰੀ ਫੇਸਾ ਹੈ ਪ੍ਰਥਮ ਦ੍ਰਿਸ਼ਟੇ ਦਿਖ ਰਿਹਾ ਹੈ ਕਿ ਉਹ ਗਲਾ ਗੋਟ ਕੇ ਔਰ ਸਾਂਸ ਰੋਕ ਕਰ ਬੱਚੋ ਕੀ ਹੱਤਿਆ ਕੀ ਗਈ। ਮਾਂ ਨੇ ਆਪਣੀਆਂ ਹੀ ਦੋ ਧੀਆਂ ਦਾ ਕੀਤਾ ਕਤਲ, ਗਲਾ ਘੋਟ ਕੇ ਉਤਾਰਿਆ ਮੌਤ ਦੇ ਘਾਟ। ਬੈੱਡ ਤੋਂ ਮਿਲੀਆਂ ਦੋਵਾਂ ਭੈਣਾਂ ਦੀਆਂ ਲਾਸ਼ਾਂ। ਦੁਨੀਆਂ 'ਚ ਸਭ ਤੋਂ ਪਿਆਰੇ ਰਿਸ਼ਤੇ ਦੀ ਜੇ ਗੱਲ ਕਰੀਏ ਤਾਂ ਉਹ ਮਾਂ ਅਤੇ ਬੱਚੇ ਦਾ ਹੁੰਦਾ, ਪਰ ਜੇ ਉਹੀ ਮਾਂ ਆਪਣੇ ਬੱਚਿਆਂ ਦਾ ਕਤਲ ਕਰ ਦੇਵੇ, ਇਹ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ, ਕਿਉਂਕਿ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੀਆਂ ਹੀ ਦੋ ਧੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ, ਜਿਸ ਨੂੰ ਸੁਣ ਕੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤਾਂ ਕੋਈ ਮਾਂ ਇੰਨੀ ਬੇਰਹਿਮ ਕਿਵੇਂ ਹੋ ਸਕਦੀ ਹੈ ਕਿ ਆਪਣੀ ਹੀ ਕੁੱਖੋਂ ਜੰਮੀਆਂ ਧੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦੇਵੇ। ਦੱਸ ਦਈਏ ਕਿ ਇਸ ਦੇ ਵੱਲੋਂ 31 ਜੁਲਾਈ ਨੂੰ ਦੋਵਾਂ ਭੈਣਾਂ ਦਾ ਕਤਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 11 ਸਾਲ ਅਤੇ 7 ਸਾਲ ਸੀ, ਅਤੇ ਦੋਨਾਂ ਦੀਆਂ ਲਾਸ਼ਾਂ ਬੈੱਡ 'ਤੇ ਪਈਆਂ ਹੁੰਦੀਆਂ ਨੇ। ਤਾਂ ਜਿਵੇਂ ਹੀ ਸੂਚਨਾ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਇਸ ਦੇ ਕਾਤਲਾਂ ਨੂੰ ਲੱਭਣ ਦੀ ਭਾਲ ਦੇ ਵਿੱਚ ਹੁੰਦੀ ਹੈ। ਤਾਂ ਫਿਰ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਨਾਂ ਬੱਚਿਆਂ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਇਹਨਾਂ ਬੱਚਿਆਂ ਦੀ ਮਾਂ ਹੈ।
ਤਾਂ ਇਸ ਮਾਂ ਦੀ ਅਜਿਹੀ ਕੀ ਮਜਬੂਰੀ ਹੋਵੇਗੀ ਕਿ ਇਸ ਨੂੰ ਆਪਣੀਆਂ ਦੋਨਾਂ ਹੀ ਮਾਸੂਮ ਬੱਚਿਆਂ ਦਾ ਕਤਲ ਕਰਨਾ ਪੈ ਗਿਆ, ਇਹ ਜਾਂਚ ਦਾ ਵਿਸ਼ਾ। ਪਰ ਇਸ ਵੱਲੋਂ ਦੋਨਾਂ ਧੀਆਂ ਦਾ ਗਲਾ ਘੋਟ ਕੇ ਤੜਫਾ ਤੜਫਾ ਕੇ ਜਾਨ ਲਈ ਗਈ ਹੈ। ਦੱਸ ਦਈਏ ਕਿ ਮਾਮਲਾ ਅੰਬਾਲਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਔਰਤ ਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਤਾਂ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤੇ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ। ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਆਨੇ ਕੇ ਲਈ। ਤੋ ਪਿਛਲੇ ਹਫਤੇ 31 ਜੁਲਾਈ ਬੁੱਧਵਾਰ ਕੀ ਤਾਰੀਖ ਮੇ ਜੋ ਇੱਕ ਦਿਲ ਦਲਾਨੇ ਵਾਲੀ ਘਟਨਾ ਘਟੀ ਸੀ ਹਮਾਰੇ ਨਾਨ ਹਾਊਸ ਵਾਲਮੀਕਿ ਬਸਤੀ ਮੇ, ਚੌਕੀ ਨੰਬਰ 4 ਕਾ ਏਰੀਆ ਜੋ ਪੜਤਾ ਹੈ, ਜਿਸਮੇ 2 ਬੱਚੀਆਂ, ਇੱਕ 7 ਸਾਲ ਕੀ ਔਰ ਇੱਕ 11 ਸਾਲ ਕੀ ਮ੍ਰਿਤ ਅਵਸਥਾ ਮੇ ਆਪਣੇ ਘਰ ਮੇ ਹਮੇ ਮਿਲੀ ਥੀ। ਇਸ ਸੂਚਨਾ ਪੇ ਹਮਨੇ ਕਾਰਵਾਈ ਕਰੀ ਥੀ ਔਰ ਤਫਤੀਸ਼ ਕੇ ਦੌਰਾਨ ਫਾਈਨਲੀ ਕੱਲ ਸੋਮਵਾਰ ਸ਼ਾਮ ਕੋ ਹਮਨੇ ਇੱਕ ਅਰੈਸਟ ਕਰੀ ਹੈ, ਜਿਸਮੇ ਜੋ ਮੁੱਖ ਆਰੋਪੀ ਹੈ ਹਮਾਰੀ ਉਨਕੀ ਮਾਤਾ ਹੈ, ਉਨਕੀ ਮਦਰ ਹੈ ਬੱਚਿਓਂ ਕੀ, ਔਰ ਆਜ ਉਨਕੋ ਕੋਰਟ ਮੇ ਪੇਸ਼ ਕਰਕੇ ਹਮਨੇ 2 ਦਿਨ ਕਾ ਰਿਮਾਂਡ ਲਿਆ ਹੈ। ਜੀ ਅਭੀ ਕਿਆ ਮੋਟਿਵ ਥਾ, ਕਿਆ ਕਾਰਨ ਥਾ, ਇੱਕ ਪ੍ਰੀ ਪਲਾਨਡ ਥਾ, ਏਕਦਮ ਸੇ ਹੱਤਿਆ ਕੀ ਗਈ, ਇਸਕੀ ਅਭੀ ਰਿਮਾਂਡ ਮੇ ਹਮ ਕਲੈਰਿਟੀ ਲੇਂਗੇ ਮਦਰ ਕੀ ਇੰਟਰੋਗੇਸ਼ਨ ਕਰਕੇ। ਜੀ ਅਭੀ ਜੋ ਪ੍ਰਾਈਮ ਫੈਸਾ ਹੈ ਪ੍ਰਥਮ ਦ੍ਰਿਸ਼ਟ ਦਿਖ ਰਹਾ ਹੈ ਕਿ ਵੋ ਗਲਾ ਘੋਟ ਕੇ ਔਰ ਸਾਂਸ ਰੋਕ ਕਰ ਬੱਚੋਂ ਕੀ ਹੱਤਿਆ ਕੀ ਗਈ ਹੈ।